ਪਿੱਛੇ? ਦੇਖੋ ਇਹ ਤਾਂ ਕੋਈ ਸ਼ੱਕ ਵਾਲੀ ਗੱਲ ਹੈ ਹੀ ਨਹੀਂ ਗੀ ਵੀ ਸਿੱਧੂ ਸਾਹਿਬ ਗਏ, ਚਾਹੇ ਉਹ ਇਮਰਾਨ ਉਹਨਾਂ ਦੇ ਦੋਸਤ ਸੀਗੇ, ਚਾਹੇ ਜੋ ਮਰਜ਼ੀ ਲਾ ਲਓ ਤੁਸੀਂ, ਵੀ ਇਹ ਕੋਈ ਰੀਜ਼ਨ ਕਰਕੇ ਕਿੰਨੇ ਸੌ ਸਾਲਾਂ ਦੀਆਂ ਆਪਣੀਆਂ ਅਰਦਾਸਾਂ ਕਰਦੇ ਸੀ, ਅਸੀਂ ਉੱਥੇ ਜਾਣਾ ਦੇਖਣਾ ਆ, ਕੰਢੇ 'ਤੇ ਖੜ੍ਹੇ ਹੋ ਕੇ ਅਸੀਂ ਦੇਖਦੇ ਸੀ, ਹੁਣ ਉਹਨਾਂ ਨੇ ਖੋਲ੍ਹ ਦਿੱਤਾ ਆ, ਚਾਹੇ ਉਹ ਕਿਸੇ ਰੀਜ਼ਨ ਕਰਕੇ ਕੀਤਾ ਸੀ। ਸਿੱਖ ਕੌਮ ਨੂੰ ਕਦੇ ਉਸ ਬੰਦੇ ਬਾਰੇ ਬੋਲਣਾ ਨਹੀਂ ਸੀ ਚਾਹੀਦਾ ਵੀ ਇਹ ਇਹ ਜੀ ਮਾੜਾ ਆ ਜੀ ਇੱਦਾਂ ਆ, ਇਹ ਇਹ ਗੱਲ ਕਹਿਣੀ ਨਹੀਂ ਸੀ ਚਾਹੀਦੀ ਕਿਉਂਕਿ ਇਹ ਧਾਰਮਿਕ ਮਾਮਲਾ ਸੀਗਾ। ਪੋਲੀਟੀਸ਼ੀਅਨਾਂ ਨੇ ਜ਼ਿਆਦਾ ਬੋਲਿਆ, ਇਹ ਉਹਨਾਂ ਲੋਕਾਂ ਲਈ ਜ਼ਿਆਦਾ ਬੈਨੀਫਿਟ ਸੀ ਜਿਹੜੇ ਲੋਕਾਂ ਦੇ ਕੋਲ ਹਿੰਮਤ ਨਹੀਂ ਸੀ ਹੁੰਦੀ ਵੀਜ਼ੇ ਲੈਣ ਦੀ, ਜਿਹਨਾਂ ਲੋਕਾਂ ਦੇ ਕੋਲ ਹਿੰਮਤ ਨਹੀਂ ਹੁੰਦੀ ਸੀ ਪੈਸੇ ਖਰਚਣ ਦੀ, ਇਹ ਉਹਨਾਂ ਲਈ ਬੈਨੀਫਿਟ ਸੀਗਾ। ਆ ਦੂਜੇ ਤਾਂ ਪੈਸੇ ਵਾਲੇ ਤਾਂ ਉੱਦਾਂ ਵੀ ਤੁਰੇ ਫਿਰਦੇ ਵੀਜ਼ਾ ਲੈ ਕੇ ਵੀ ਫਿਰ ਤੁਰ ਆਉਂਦੇ ਸੀਗੇ, ਪਰ ਹੁਣ ਜਿਹੜਾ ਆ ਗਰੀਬ ਲੋਕਾਂ ਲਈ ਮਿਲਿਆ ਸੀਗਾ ਅਤੇ ਲੋਕਾਂ ਨੂੰ ਖੁਸ਼ ਹੋਣਾ ਚਾਹੀਦਾ ਸੀਗਾ। ਈਵਨ ਦੋ ਮਤਲਬ ਕਿ ਵੀ ਇਹ ਜਿਹੜੀਆਂ ਪਾਰਟੀਆਂ ਵੀ ਸੀਗੀਆਂ ਸਿੱਖ ਧਰਮ ਦੇ ਨਾਲ ਸੰਬੰਧ ਰੱਖਦੀਆਂ ਸੀਗੀਆਂ ਵੀ ਉਹਨਾਂ ਪਾਰਟੀਆਂ ਨੂੰ ਵੀ ਇਸ ਦੀ ਮੁਖਾਲਫਤ ਕਦੇ ਨਹੀਂ ਸੀ ਕਰਨੀ ਚਾਹੀਦੀ ਕਿਉਂਕਿ ਇਹ ਉਹਨਾਂ ਨੇ ਤਾਂ ਡਟ ਕੇ ਕੀਤੀ। ਹਾਂ, ਇਸ ਕਰਕੇ ਉਹਨਾਂ ਬੰਦਿਆਂ ਦਾ ਵੀ ਮਾੜਾ ਕੰਮ ਆ ਵੀ ਜੇ ਕੋਈ ਬੰਦਾ ਚੰਗਾ ਕੰਮ ਕਰਦਾ ਉਹਨੂੰ ਚੰਗਾ ਤਾਂ ਕਹੋ, ਇੱਕ ਵਾਰੀ ਉਹਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਆ, ਅਤੇ ਉਹਨੂੰ ਬਦਨਾਮ ਕਰਨਾ ਜਾਂ ਉਹਦੇ ਨਾਲ ਕਰਦੇ ਕੀ ਆ, ਜੇ ਆਪਾਂ ਮਿੱਟੀ ਪੁੱਟਦੇ ਹਾਂ ਤਾਂ ਖੇ ਆਪਣੇ ਸਿਰ 'ਤੇ ਹੀ ਆਉਂਦੀ ਮੋੜ 'ਤੇ, ਚਾਹੇ ਜਿੱਧਰ ਨੂੰ ਮਰਜ਼ੀ ਤੁਸੀਂ ਤੁਰ ਲਓ, ਜੇ ਤੁਸੀਂ ਉਹਦੇ ਵਿਰੁੱਧ ਬੋਲਿਆ ਤਾਂ ਤਦ ਵੀ ਉਹ ਖੇ ਜਿਹੜੀ ਆ ਸਿੱਖ ਧਰਮ ਦੇ ਸਿਰ 'ਤੇ ਪੈਂਦੀ ਹੈ। ਇਸ ਕਰਕੇ ਉਹਨੂੰ ਮਤਲਬ ਕਿ ਕੁੱਕੜ ਖੇ ਕਰਨ ਨਾਲੋਂ ਉਹਨੂੰ ਜੇ ਚੰਗਾ ਕਰਦਾ ਉਹਨੂੰ ਚੰਗਾ ਕਹੋ, ਜੇ ਮਾੜਾ ਕਰਦਾ ਉਹਨੂੰ ਘਰ ਬੈਠ ਕੇ ਸੰਭਾਲ ਲਓ। ਇਹਨਾਂ ਦਾ ਹੁਣ ਪੰਜਾਬ ਪੋਲੀਟਿਕਸ ਵਿੱਚ ਦੇਖੋ, ਇਹ ਬੀਜੇਪੀ 'ਚੋਂ ਆਏ ਹੈਗੇ, ਇੱਕ ਪੋਸੀਬਿਲਟੀ ਤਾਂ ਲੱਗਦੀ ਆ ਵੀ ਹੋ ਸਕਦਾ ਬੀਜੇਪੀ ਅੱਜ ਕੱਲ੍ਹ ਇਨ ਫੁੱਲ ਸਵਿੰਗ ਆ, ਮੋਦੀ ਸਾਹਿਬ ਦਾ ਪੂਰਾ ਜਲਬਾ ਆ, ਹੋ ਸਕਦਾ ਬੀਜੇਪੀ ਇਹਨਾਂ ਨੂੰ ਖਿੱਚ ਕੇ ਲੈ ਜਾਵੇ, ਜਾਂ ਇਹ ਹੋ ਸਕਦਾ ਜੇ ਇਹਨਾਂ ਨੇ ਸਟੇਟ ਲੈਵਲ 'ਤੇ ਪੋਲੀਟਿਕਸ ਕਰਨੀ ਚਾਹੀ, ਜਿਹੜੇ ਤਿੰਨ ਚਾਰ ਗਰੁੱਪ ਆ, ਜਿਹੜੇ ਬ੍ਰੇਕਵੇ ਗਰੁੱਪ ਆ, ਟਕਸਾਲੀ ਗਰੁੱਪ ਆ, ਜਿਹੜਾ ਖਹਿਰਾ ਦੀ ਪਾਰਟੀ ਆ, ਫਿਰ ਆਪਣੇ ਸਿਮਰਜੀਤ ਬੈਂਸ ਦੀ ਪਾਰਟੀ ਆ, ਆਪ ਆ, ਸਾਰੇ ਇਹਨਾਂ ਨੂੰ ਆਪਣਾ ਲੀਡਰ ਮੰਨਣ ਲਈ ਤਿਆਰ ਹੈ, ਉਹ ਕਹਿੰਦੇ ਵੀ ਹੀ ਕੁੱਡ ਵੀ ਫਿਊਚਰ CM ਆਫ ਪੰਜਾਬ, ਇਹਦੇ ਬਾਰੇ ਕੀ ਤੁਹਾਡਾ ਵਿਚਾਰ ਹੈ? ਮੈਂ ਤੁਹਾਨੂੰ ਇੰਨਾ ਦੱਸਦਾ ਜੀ, ਕੇਜਰੀਵਾਲ ਆਮ ਆਦਮੀ ਪਾਰਟੀ ਦਾ ਕਿੰਨਾ ਪਹਿਲਾਂ ਪਾਪੂਲਰਿਟੀ ਸੀਗੀ, ਹਾਂਜੀ, ਪਰ ਉਹ ਮਿੱਟੀ 'ਚ ਰੁਲ ਗਈ ਆ। ਹਾਂਜੀ ਹਾਂਜੀ, ਇਸੇ ਤਰ੍ਹਾਂ ਹੀ ਇਹ ਹੁਣ ਚਲੋ ਸਾਰੀਆਂ ਪਾਰਟੀਆਂ ਇਕੱਠੀਆਂ ਹੋ ਕੇ ਸਿੱਧੂ ਸਾਹਿਬ ਨੂੰ ਨਾਲ ਲੈ ਕੇ ਅਤੇ ਆਪਣਾ ਕੋਈ ਨਾ ਕੋਈ ਤੋਰ ਸਕਦੇ ਆ, ਕੋਈ ਡਾਇਰੈਕਸ਼ਨ ਲੈ ਸਕਦੇ ਆ, ਪਰ ਮੈਨੂੰ ਇਸ ਗੱਲ ਦੀ ਸਮਝ ਘੱਟ ਆ ਬਈ ਇਹ ਜਿੰਨੀਆਂ ਵੀ ਪਾਰਟੀਆਂ ਹੈਗੀਆਂ ਆ ਵੀ ਇਹੋ ਪਹਿਲੇ ਵਾਲੀ ਕਿਤੇ ਕੁੱਕੜ ਖੇਤ ਨਹੀਂ ਕਰਨਗੇ। ਹਾਂਜੀ ਹਾਂਜੀ, ਵੀ ਜਿੱਦਾਂ ਪਹਿਲਾਂ ਹੋਈ ਆ, ਪੋਲਿਟਿਕਸ ਵਿੱਚ ਸਭ ਕੁਝ ਪੋਸੀਬਲ ਆ। ਬਸ ਮੈਂ ਕਹਿੰਦਾ ਰਵੇ, ਪਰ ਪਬਲਿਕ ਦੁਖੀ ਕਾਹਤੋਂ ਹੋਵੇ। ਮੈਂ ਇਹ ਗੱਲ ਨਹੀਂ ਕਿ ਮੈਨੂੰ ਪੋਲਿਟਿਕਸ ਵਾਲੇ ਲੜਦੇ ਰਹਿਣ, ਆਪਸੇ ਜੋ ਮਰਜ਼ੀ ਕਰਦੇ ਰਹਿਣ। ਅਮੈਰੀਕਾ ਦੇ ਵਿੱਚ ਅਗਰ ਉੱਥੇ ਕਾਨੂੰਨ ਨਾ ਹੁੰਦਾ, ਪੋਲੀਟਿਕਸ ਨਾ ਹੁੰਦੀ, ਤੁਹਾਡੇ ਕੀ ਖਿਆਲ ਦੇ ਵਿੱਚ ਸੀ ਟਰੰਪ ਜਿਹੜਾ ਇੱਕ ਡਿਕਟੇਟਰ ਬੰਦਾ ਬਣ ਕੇ ਨਾ ਉੱਭਰਦਾ? ਇਸ ਕਰਕੇ ਇਹ ਲੜਦੇ ਰਹਿਣ, ਆਮ ਦੁਨੀਆ 'ਤੇ ਫਰਕ ਨਹੀਂ ਪੈਣਾ ਚਾਹੀਦਾ। ਆਮ ਦੁਨੀਆ ਇਸੇ ਕਰਕੇ ਬਚਾਅ 'ਚ ਆ ਵੀ ਉੱਥੇ ਦਾ ਕਾਨੂੰਨ ਜਿਹੜਾ ਆ ਉਹ ਆਪਣਾ ਕੰਮ ਕਰ ਰਿਹਾ ਆ। ਇੱਥੇ ਤੁਸੀਂ ਸੋਲ ਸਾਹਿਬ ਪੰਜਾਬ ਦੇ ਕਾਨੂੰਨ, ਤੁਸੀਂ ਇੱਥੇ ਵੀ ਪੁਲਿਸ ਵਿੱਚ ਸੀ, ਉੱਥੇ ਤਾਂ ਹੁਣ ਸੀਨੀਅਰ ਪੁਲਿਸ ਅਫਸਰ ਹੋ, ਇੱਥੇ ਸਰਕਾਰਾਂ ਦਾ ਸਿਸਟਮ ਵੀ ਆ, ਹੁਣ ਪਹਿਲਾਂ ਅਕਾਲੀ ਦਲ ਦੀ ਸਰਕਾਰ ਸੀ, ਹੁਣ ਆਪਣੇ ਕੈਪਟਨ ਅਮਰਿੰਦਰ ਦੀ ਸਰਕਾਰ ਹੈਗੀ ਆ, ਕਾਨੂੰਨ ਦਾ ਕਿੰਨੇ ਕੁ ਪਰਸੈਂਟ ਫੋਲੋ ਹੁੰਦਾ, ਜਾਂ ਸਾਡੇ ਸਿਸਟਮ ਵਿੱਚ, ਤੁਸੀਂ ਪਿੰਡ ਵਿੱਚ ਰਹਿਣ ਵਾਲੇ ਆ, ਕਰਪਸ਼ਨ ਕਿੰਨੀ ਕੁ ਅਜੇ ਤਾਈਂ ਵੀ ਹੈਗੀ ਆ? ਦੇਖੋ ਜੀ, ਕਰਪਸ਼ਨ ਉਨਾ ਚਿਰ ਇੱਥੇ ਖਤਮ ਹੀ ਨਹੀਂ ਹੋ ਸਕਦੀ ਜਿੰਨਾ ਚਿਰ ਇੱਕ ਛੋਟਾ ਜਿਹਾ ਕਾਨੂੰਨ ਇਹਨਾਂ ਪੋਲੀਟੀਸ਼ੀਅਨਾਂ ਦੇ ਬਣਾਉਣ ਦੇ ਹੱਥ ਹੈ ਬਈ ਹਰੇਕ ਬੰਦੇ ਦੀ, ਜਿਹੜਾ ਵੀ ਗਵਰਨਮੈਂਟ ਸਰਵਿਸ 'ਚ, ਜਿਹੜਾ ਵੀ ਬੰਦਾ ਗਵਰਨਮੈਂਟ ਦੇ ਕਿਸੇ ਅਹੁਦੇ 'ਤੇ ਸਰਕਾਰੀ ਕੋਈ ਚੀਜ਼ ਦਫ਼ਤਰ 'ਚ ਬੈਠਾ ਆ, ਵੀ ਉਹਦੀ ਰਿਸਪੋਂਸੀਬਿਲਟੀ ਜਿਹੜੀ ਉਹ ਫਿਕਸ ਕੀਤੀ ਜਾਵੇ। ਜਿੰਨਾ ਚਿਰ ਉਹ ਫਿਕਸ ਨਹੀਂ ਹੁੰਦੀ ਉਨਾ ਚਿਰ ਆਪਾਂ ਜੋ ਮਰਜ਼ੀ ਕਰਦੇ ਰਹੀਏ, ਜੋ ਮਰਜ਼ੀ ਵਿਜੀਲੈਂਸ ਏਜੰਸੀਆਂ ਖੋਲ੍ਹਦੇ ਹੋ, ਕੋਈ ਹੋਰ ਏਜੰਸੀਆਂ ਖੋਲ੍ਹਦੇ ਹੋ, ਜੀ ਇਹ ਇੰਪਲੋਈਆਂ ਨੂੰ ਇਹ ਇਨਵੈਸਟੀਗੇਟ ਕਰਨਗੀਆਂ, ਜਦ ਰਿਸਪੋਂਸੀਬਿਲਟੀ ਹੈ ਨਹੀਂ ਕਿਸੇ ਦੀ, ਤੁਸੀਂ ਫੜ ਕੇ ਦੱਸ ਸਕਦੇ? ਮੈਨੂੰ ਇਹ ਸਮਝ ਨਹੀਂ ਆਉਂਦੀ ਗੱਲ ਦੀ, ਸਮਝਦੇ ਨਾ? ਪਟਵਾਰੀ ਆਪਣਾ ਕੰਮ ਕਰਦਾ ਹੈ, ਬੰਦੇ ਨੇ ਦਰਖਾਸਤ ਦਿੱਤੀ ਆ ਪਟਵਾਰੀ ਨੂੰ ਚਲੇ ਗਈ ਆ, ਪਟਵਾਰੀ ਆਪਣਾ ਕੰਮ ਕਰਕੇ ਅਤੇ ਉਸ ਚੀਜ਼ ਨੂੰ ਉਹ ਉਹਦੇ 'ਤੇ ਐਕਸ਼ਨ ਲਵੇ ਵੀ ਉਹਨੇ ਕੀਤਾ ਕੀ ਆ,
ਉਹ ਐਪਲੀਕੇਸ਼ਨ ਉਹਦੇ ਹੱਕ ਦੀ ਹੈਗੀ ਆ, ਕਰਨ ਦੇ ਉਹਦੇ ਕੰਮ ਦੀ ਹੈਗੀ ਆ, ਅਤੇ ਉਹ ਕਰਕੇ ਦੇਵੇ, ਨਹੀਂ ਤਾਂ ਉਹਨੇ ਫੋਰਵਰਡ ਕੀਤੀ ਆ ਅਤੇ ਕਿਹਨੂੰ ਕੀਤੀ ਆ ਅਤੇ ਗਾਂਹ ਕਿੱਥੇ ਗਈ ਆ ਅਤੇ ਕਿੰਨਾ ਟਾਈਮ ਲੱਗਾ ਆ। ਹਰੇਕ ਬੰਦੇ ਨੇ ਆਪਣੇ ਆਪ ਹੀ ਕੰਮ ਕਰਨਾ ਸ਼ੁਰੂ ਕਰ ਦੇਣਾ। ਹੁਣ ਜਦ ਰਿਸਪੋਂਸੀਬਿਲਟੀ ਹੈ ਨਹੀਂ, ਪਟਵਾਰੀ ਤੋਂ ਪਹਿਲਾਂ ਤੁਸੀਂ ਐਪਲੀਕੇਸ਼ਨ ਦੇ ਦਿਓ, ਉਹ ਭਾਵੇਂ 50 ਦਿਨ ਦੱਬੀ ਰੱਖਣ, ਜਿੰਨਾ ਚਿਰ ਉਹ ਕਿਸੇ ਨੇ ਪੁੱਛਿਆ ਨਾ ਉੱਥੇ ਪਈ ਰਹਿਣੀ ਆ। ਜਿੰਨੇ ਦੇਰ ਉਹ ਕੋਈ ਉਦੋਂ ਪਰਸਨਲੀ ਨਹੀਂ ਮਿਲਦੇ ਜਾਂ ਸੇਵਾ ਪਾਣੀ ਨਹੀਂ ਕਰਦੇ, ਤੁਹਾਡੀ ਐਪਲੀਕੇਸ਼ਨ ਨਹੀਂ ਜੁਦਲੀ ਮੂਵ ਹੁੰਦੀ। ਹਾਂਜੀ ਹਾਂਜੀ ਹਾਂਜੀ। ਕਿੰਨਾ ਕਿੰਨਾ ਗਜ਼ਟਡ ਅਫਸਰ ਆ ਜਿਹੜਾ ਬੇਲੋੜੀ ਲੇਬਰ ਲੈ ਕੇ ਬੈਠਾ ਆ, ਜਿਹੜੇ ਕਿ ਗੌਰਮੈਂਟ ਦੇ ਬੰਦੇ ਜਿਹੜੇ ਬਾਹਰ ਕੰਮ ਕਰਨੇ ਚਾਹੁੰਦੇ ਸੀਗੇ, ਉਹ ਚਾਹੀਦੇ ਸੀਗੇ, ਉਹ ਉਹਨਾਂ ਦੀਆਂ ਖਿਦਾਮਤਾਂ ਕਰਦੇ ਆ ਅਤੇ ਉਹ ਕੋਈ ਡਿਸੀਜਨ ਲੈ ਹੀ ਨਹੀਂ ਰਹੇ, ਔਰ 100% ਉਹ ਰਿਲਾਈ ਆ, ਆਪਣਾ ਡਿਸੀਜਨ ਨਹੀਂ ਉਹਨਾਂ ਦਾ ਹੁੰਦਾ ਕਿਸੇ ਦਾ ਵੀ, ਕਿਉਂਕਿ ਉਹਨਾਂ ਨੇ ਹਰ 2 ਸਾਲ 6 ਮਹੀਨੇ ਬਾਅਦ 3 ਮਹੀਨੇ ਬਾਅਦ ਉੱਥੋਂ ਉੱਠ ਕੇ ਹੋਰ ਕਿਤੇ ਉਹਨਾਂ ਨੂੰ ਬਦਲੀ ਹੋ ਜਾਣੀ ਆ। ਜੇ ਜਿਹੜੇ ਬੰਦੇ ਉੱਥੇ ਥੱਲੇ ਦੇ ਚਲਾਉਣ ਵਾਲੇ ਉਹ ਅਸਲੀ ਆਫਿਸ ਚਲਾ ਰਹੇ, ਅਸਲੀ ਆਫਿਸ। ਅੱਛਾ ਇੱਕ ਗੱਲ ਹੋਰ ਦੱਸੋ, ਤੁਸੀਂ ਅਮਰੀਕਾ ਵਿੱਚ ਇੰਨੇ ਸੀਨੀਅਰ ਪੁਲਿਸ ਆਫਿਸਰ ਹੋ ਅਤੇ ਉੱਥੇ ਵੀ ਜਿਹੜੀ ਗਨ ਗੁਨ ਤਾਂ ਉੱਥੇ ਆਮ ਹੀ ਹਰ ਸਿਟੀਜ਼ਨ ਕੋਲ ਹੈਗੀ ਆ, ਉੱਥੇ ਓਪਨ ਹੈ ਸਿਸਟਮ, ਅਤੇ ਇੱਥੇ ਇੱਕ ਇੱਕ ਆਫਿਸਰ ਜਿਹੜਾ 10-10 ਐਵੇਂ ਸਿਕਿਉਰਿਟੀ ਗਾਰਡ ਉਹ ਜਿਹੜੇ ਹੈਗੇ ਚੁੱਕੀ ਫਿਰਦਾ ਹੈਗਾ ਆਪਣੇ ਹਰ ਇੱਕ ਜਿਹੜਾ ਪੁਲਿਸ ਵਿੱਚ ਜਾਂ ਜਿਹੜੇ ਆਹ ਲੀਡਰ ਲੋਕ ਹੈ। ਹਾਂਜੀ ਹਾਂਜੀ। ਇਹ ਕਰਵ ਨਹੀਂ ਹੋਣੀ ਚਾਹੀਦੀ ਇੱਥੇ? ਉੱਥੇ ਕਿਵੇਂ ਅਮਰੀਕਾ ਦੇ ਇੱਥੋਂ ਦੇ ਸਿਸਟਮ ਨੂੰ ਕਿਵੇਂ ਦੇਖਦੇ? ਦੇਖੋ ਜੀ, ਈਵਨ ਉੱਥੇ ਪ੍ਰੈਜ਼ੀਡੈਂਟ ਆ, ਉਹ ਜਦੋਂ ਆਫਿਸ 'ਚ ਕੰਮ ਕਰਦਾ ਉਸੇ ਟਾਈਮ ਹੀ ਉਹਦੇ ਕੋਲ ਬੈਨੀਫਿਟ ਆ। ਅੱਛਾ ਅੱਛਾ। ਜਦੋਂ ਉਹਨੇ ਆਫਿਸ 'ਚੋਂ ਆਫ ਹੋ ਜਾਣਾ ਆ, ਆਪਣੇ ਘਰ ਚਲੇ ਜਾਣਾ ਆ, ਉਹਦਾ ਕੋਈ ਮੁੜ ਕੇ ਨਹੀਂ ਰਹਿ ਜਾਂਦਾ। ਹਾਂ, ਜਿਹੜੀਆਂ ਬੜੀਆਂ ਪੁਜੀਸ਼ਨਾਂ ਆ, ਜਿੱਦਾਂ ਪ੍ਰੈਜ਼ੀਡੈਂਟ ਹੋ ਗਿਆ ਜਾਂ ਮਤਲਬ ਕਿ ਵੀ ਹੋਰ ਜਿਹੜੇ ਉਹਨਾਂ ਦੇ ਮੰਤਰੀ ਹੈਗੇ ਆ, ਉਹਨਾਂ ਦੀਆਂ ਕੁਛ ਪੁਜੀਸ਼ਨਾਂ ਜਿਹੜੀਆਂ ਜਿਨ੍ਹਾਂ 'ਤੇ ਉਹ 24 ਘੰਟੇ ਰਹਿੰਦੇ ਆ। ਨਹੀਂ, ਹੁਣ ਮੰਨ ਲਓ ਤੁਹਾਡੇ ਉੱਥੇ ਤੁਸੀਂ ਡਿਪਟੀ ਸ਼ੈਰਿਫ ਹੋ। ਹਾਂਜੀ। ਆਪਣੀ ਜਿਹੜੀ ਕਾਉਂਟੀ 'ਚ ਹਾਂਜੀ ਤੁਹਾਡਾ ਸ਼ੈਰਫ ਹੈਗਾ ਜਿਹੜਾ ਮਤਲਬ ਲਾਅ ਐਂਡ ਆਰਡਰ ਦਾ ਹੈੱਡ, ਉਹਨੂੰ ਸਿਕਿਉਰਿਟੀ ਕਿੰਨੀ ਕੁ ਮਿਲਦੀ ਹੈ? ਮੈਨੂੰ ਭਾਅ ਜੀ ਇੱਕ ਗੱਲ ਦੱਸਿਓ ਵੀ, ਜਿਹੜਾ ਬੰਦਾ ਆਪਣੇ ਆਪ ਦੀ ਰਾਖੀ ਨਹੀਂ ਕਰ ਸਕਦਾ ਤੇ ਦੂਜੇ ਦੀ ਰਾਖੀ ਕਿੱਦਾਂ ਕਰ ਸਕਦਾ? ਨਹੀਂ, ਉਹਨੂੰ ਸ਼ੈਰਫ ਨੂੰ ਸਿਕਿਉਰਿਟੀ ਹੈ ਉੱਥੇ ਕਿ ਨਹੀਂ? ਨਹੀਂ ਹੈਗੀ ਕੋਈ ਸਿਕਿਉਰਿਟੀ ਨਹੀਂ। ਉਹ ਕਿਵੇਂ ਆਉਂਦਾ? ਉਹਦੇ ਕਹਿਣ ਦਾ ਮਤਲਬ ਸਿਰਫ ਇਹੋ ਹੀ ਆ ਵੀ ਜੇ ਮੈਂ ਆਪਣਾ ਆਪ ਨਹੀਂ ਸਿਕਿਉਰ ਕਰ ਸਕਿਆ ਤੇ ਮੈਨੂੰ ਇਹ ਸਮਝ ਨਹੀਂ ਆਉਂਦੀ ਮੈਂ ਦੂਜੇ ਸਿਟੀਜ਼ਨ ਦੀ ਜਾਨ ਕਿੱਦਾਂ ਬਚਾਊਂਗਾ। ਨਹੀਂ, ਉਹ ਕਿਵੇਂ ਆਫਿਸ ਆਉਂਦਾ ਹੈਗਾ? ਉਹ ਆਪਣੇ ਆਪ ਹੀ ਆਉਂਦਾ, ਆਪਣੀ ਕਾਰ ਵਿੱਚ ਆਉਂਦਾ, ਆਪਣੀ ਕਾਰ 'ਚ ਆਉਣਾ ਉਹਨੇ, ਉੱਥੋਂ ਗੌਰਮੈਂਟ ਦੀ ਕਾਰ ਉਹਦੇ ਕੋਲ ਹੁੰਦੀ ਹੈ ਜਿੰਨਾ ਚਿਰ ਲੋਕਲ ਰਹਿੰਦਾ ਹੈ। ਜੇ ਲੋਕਲ ਨਹੀਂ ਗਾ ਤੇ ਫਿਰ ਉਹਨੇ ਆਪਣੀ ਕਾਰ 'ਚ ਆਉਣਾ ਤੇ ਉੱਥੇ ਆ ਕੇ ਗੌਰਮੈਂਟ ਦੀ ਕਾਰ ਚੱਕਣੀ। ਅੱਛਾ, ਉੱਥੇ ਆ ਕੇ ਉਹਨੇ ਚੁੱਕਣੀ ਗੌਰਮੈਂਟ ਦੀ ਕਾਰ ਚੱਕਣੀ, ਉਹਨੇ ਸਰਕਾਰੀ ਡਿਊਟੀ ਤੇ ਜਾਣਾ ਹੈ। ਫਿਰ ਉਹਨੇ ਦੱਸਣਾ ਡਿਸਪੈਚ ਨੂੰ ਮੈਂ ਤੁਰ ਪਿਆ ਇੱਥੋਂ, ਪਰ ਕਿਹੜੇ ਕੰਮ ਲਈ ਜਾ ਰਿਹਾ? ਹਾਂ, ਉਹਨੇ ਨਾਲ ਜੇ ਤਾਂ ਪਰ ਕਿਸੇ ਫਿਕਸ ਕੰਮ ਲਈ ਜਾ ਰਿਹਾ ਆ, ਮੀਟਿੰਗ ਆ ਜਾਂ ਦੂਜਾ ਆ, ਉਹਨੇ ਉਸੇ ਵੇਲੇ ਉਹਦਾ ਪੁੱਲ ਨੰਬਰ ਕਰਨਾ, ਨੰਬਰ ਪੁੱਲ ਕਰਨਾ ਆ ਵੀ ਮਤਲਬ ਮੈਂ ਇਸ ਕੰਮ ਲਈ ਜਾ ਰਿਹਾ ਤਾਂ ਮੇਰਾ ਨੰਬਰ ਪੁੱਲ ਕਰ ਦਿਓ, ਕਿਉਂਕਿ ਜਦੋਂ ਉਹਦੇ ਨੰਬਰ ਆ ਉਹ ਮਹੀਨੇ ਦੇ ਐਂਡ 'ਤੇ ਦੇਖਦੇ ਆ ਤਾਂ ਉਹਦੇ 'ਤੇ ਪਤਾ ਲੱਗਦਾ ਵੀ ਉਹਨੇ ਕੀ ਕੀਤਾ। ਅੱਛਾ, ਉਹ ਪਤਾ ਲੱਗ ਜਾਂਦਾ, ਇੱਕ ਮਿੰਟ ਸਕਿੰਟ ਨਹੀਂ ਲੱਗਦਾ ਉਸ ਵੇਲੇ। ਸਾਡੇ ਇੱਥੇ ਪੁਲਿਸ ਦਾ SSP ਜਾਂ ਕੋਈ ਕਮਿਸ਼ਨਰ ਵਗੈਰਾ ਜਾਣਗੇ, ਉਹ 100-200 ਬੰਦਾ ਹਾਰ ਲੈ ਕੇ ਖੜਾ ਹੁੰਦਾ, ਉੱਥੇ ਵੀ ਪਬਲਿਕ ਫੰਕਸ਼ਨ ਤੇ ਇਦਾਂ ਰਿਸੀਵ ਕਰਦੇ? ਕੋਈ ਨੇ ਕੋਈ ਰਿਸੀਵ ਨਹੀਂ ਕਰਨਾ, ਕਿਸੇ ਦੀ ਕੋਈ ਸਿਕਿਉਰਿਟੀ ਨਹੀਂਗੀ। ਹਰੇਕ ਬੰਦਾ ਆਪਣੇ ਕੰਮ ਦਾ ਆਪ ਜ਼ਿੰਮੇਵਾਰ ਹੈ। ਅਗਰ ਕੋਈ ਗੱਲ ਪੈਂਦੀ ਆ, ਟੈਲੀਫੋਨ ਦੀ ਕਾਲ ਤੋਂ ਲੈ ਕੇ ਉਸ ਇੰਸੀਡੈਂਟ ਦੇ ਐਕਸ਼ਨ ਤੱਕ ਜਾਂ ਇਨਵੈਸਟੀਗੇਸ਼ਨ ਤੱਕ ਹਰੇਕ ਬੰਦੇ ਦੀ ਰਿਸਪੋਂਸੀਬਿਲਟੀ ਫਿਕਸ ਹੈ। ਮਤਲਬ ਉਹਨੇ ਕਿੰਨਾ ਕਿੰਨਾ ਕਿਹਨੇ ਕੀ ਕੀਤਾ, ਸਿਟੀਜ਼ਨ ਨੇ ਕਾਲ ਕਰ ਦਿੱਤੀ ਆ, ਡਿਸਪੈਚ ਨੇ ਕਿੰਨਾ ਚਿਰ ਟਾਈਮ ਲਾਇਆ ਪੁਲਿਸ ਅਫਸਰ ਨੂੰ ਕਾਲ ਕਰਨ ਦੀ ਵੀ ਉੱਥੇ ਪਹੁੰਚਣ ਦੀ, ਤੇ ਪੁਲਿਸ ਅਫਸਰ ਕਾਲ ਆਉਣ ਤੋਂ ਬਾਅਦ ਕਿੰਨੇ ਚਿਰ 'ਚ ਉੱਥੇ ਪਹੁੰਚਿਆ? ਅੱਛਾ, ਉਹਦੀ ਵੀ ਜ਼ਿੰਮੇਵਾਰੀ, ਉਹਦੀ ਵੀ ਜ਼ਿੰਮੇਵਾਰੀ। ਫਿਰ ਉਹਨੇ ਉੱਥੇ ਕਿੰਨਾ ਟਾਈਮ ਲਾ ਕੇ ਉਹ ਇਨਵੈਸਟੀਗੇਸ਼ਨ ਕੀਤੀ, ਆਇਆ ਉਹਨੇ ਅਰੈਸਟ ਪਾਈ ਕਿ ਨਹੀਂ ਪਾਈ, ਜੇ ਨਹੀਂ ਪਾਈ ਤਾਂ ਕਾਹਤੋਂ ਨਹੀਂ ਪਾਈ, ਪਾਈ ਤਾਂ ਕਿਉਂ ਪਾਈ, ਉਹ ਸਾਰੀ ਚੀਜ਼ ਰਿਕਾਰਡ ਹੋ ਜਾਣੀ ਆ। ਤੇ ਉਹਨੇ ਉਸੇ ਹੀ ਅਰੈਸਟ ਜਦੋਂ ਪੈ ਗਈ, ਅੱਧੇ ਘੰਟੇ ਦੇ ਵਿੱਚ ਵਿੱਚ ਮਤਲਬ ਕਿ ਉਹ ਬੰਦਾ ਜਿਹੜਾ ਆ ਉਹ ਜੇਲ੍ਹ ਦੇ ਵਿੱਚ ਪਹੁੰਚਾਉਣਾ, ਸਾਡੇ ਕੋਲ 2 ਘੰਟੇ ਹੁੰਦੇ ਆ, ਡਿਪੈਂਡ ਕਰਦਾ ਆ ਵੀ ਅਸੀਂ ਰੀਜ਼ਨੇਬਲ ਟਾਈਮ ਵੀ ਉਹ ਬੰਦੇ ਨੂੰ ਅਸੀਂ ਆਪਣੀ ਕਾਰ 'ਚ ਰੱਖ ਸਕਦੇ ਹਾਂ। ਉਦੋਂ ਬਾਅਦ ਉਹਨੂੰ ਜੇਲ੍ਹ ਦੇ ਵਿੱਚ ਭੇਜਣਾ ਪੈਂਦਾ ਆ, ਫਿਰ ਜੇਲ੍ਹ ਦੀ ਰਿਸਪੋਂਸੀਬਿਲਟੀ ਸ਼ੁਰੂ ਹੋ ਜਾਂਦੀ ਆ ਵੀ ਉਹਨੇ ਬੰਦੇ ਨੂੰ ਛੱਡਣਾ ਕਿ ਨਹੀਂ ਛੱਡਣਾ, ਬੇਲ ਜਿਹੜੀ ਹੈ ਜਾਂਦੇ ਦੀ ਫਿਕਸ ਹੋ ਜਾਣੀ। ਹਾਂ, ਇੱਕ ਗੱਲ ਹੋਰ ਦੱਸੋ, ਉੱਥੇ ਵੀ ਮੈਂ ਵੀ ਬਾਹਰ ਜਾਂਦਾ ਰਹਿੰਦਾ ਹੈਗਾ, ਉੱਥੇ ਵੀ ਮਿਨਿਸਟਰ ਵਗੈਰਾ ਦੇਖੇ, ਸਾਡੇ ਪੰਜਾਬ ਦੇ ਵੀ ਬੜੇ ਬਣੇ ਹੋ ਜੀ, MP ਵਗੈਰਾ ਵੀ ਮਿਨਿਸਟਰ ਵੀ ਹੈਗੇ ਆ ਉੱਥੇ, ਤੇ ਇੱਥੇ ਸਿਕਿਉਰਿਟੀ ਜਾਂ ਇਮਾਨਦਾਰੀ ਸਿਸਟਮ ਇੱਥੇ ਲਿਆਉਣੇ ਲਈ ਜੀ ਕੀ ਕੁਛ ਸੁਝਾਅ ਦੇਣਾ ਚਾਹੁੰਦੇ ਤਾਂ ਕਿ ਸਿੱਧੂ ਸਾਹਿਬ ਵਰਗੇ ਜਿਹੜੇ ਇਮਾਨਦਾਰ ਬੰਦੇ ਜੇ ਕੁਛ
ਇਲੈਕਸ਼ਨ ਵਿੱਚ ਹੋਰ ਆ ਜਾਣ ਤਾਂ ਥੋੜ੍ਹਾ ਜਿਹਾ ਪੰਜਾਬ ਦਾ ਕਲਿਆਣ ਹੋ ਜਾਏਗਾ। ਸਿੱਧੂ ਸਾਹਿਬ ਦੇ ਮਤਲਬ ਕਿ ਮੈਂ 100% ਫੇਵਰ 'ਚ ਨਹੀਂ ਗਾ, ਪਰ ਇਹ ਜ਼ਰੂਰ ਆ ਵੀ ਸਿੱਧੂ ਸਾਹਿਬ ਇਮਾਨਦਾਰ ਬੰਦੇ ਆ, ਕੰਮ ਕਰਨ ਦੀ ਚਾਹਨਾ ਦਿਲ ਦੇ ਵਿੱਚ ਸੀਗੀ, ਪਰ ਲੋੜ ਤੋਂ ਜ਼ਿਆਦਾ ਬੋਲਣਾ ਜਿਹੜਾ ਆ ਉਹ ਬੜਾ ਵਧੀਆ ਨਹੀਂ ਸੀਗਾ। ਜੇ ਕਿਤੇ ਸਿੱਧੂ ਸਾਹਿਬ ਪ੍ਰੋਗਰਾਮ ਕਰਦੇ ਸਿੱਧੂ ਸਾਹਿਬ ਘੱਟ ਬੋਲਿਆ ਕਰੋ ਤੁਸੀਂ। ਹਾਂ ਮਤਲਬ ਕਿ ਵੀ ਐਕਸ਼ਨ ਕਰਕੇ ਦਿਖਾਇਆ ਕਰੋ, ਇੱਕ ਤੁਸੀਂ ਗਵਰਨਮੈਂਟ ਦੇ ਵਧੀਆ ਅਹੁਦੇ ਤੇ ਬੈਠੇ ਆ, ਤੁਹਾਡੇ ਕੋਲ ਵਧੀਆ ਆਫਿਸ ਆ, ਤੁਸੀਂ ਲੋਕਾਂ ਨੂੰ ਲੀਡ ਕਰ ਰਹੇ ਆ, ਖੜੈਕ ਤੇ ਠੋਕੋ ਤਾੜੀ ਇਹ ਕਿਹੜੀਆਂ ਚੀਜ਼ਾਂ ਆ? ਉਹ ਚਲੋ ਮਤਲਬ ਕਿ ਉਹ ਉਹਨਾਂ ਦੀ ਆਪਣੀ ਮਰਜ਼ੀ, ਪਰ ਇਸ ਗੱਲ ਦੇ ਵਿੱਚ ਜ਼ਰੂਰੀ ਆ ਕਿਉਂਕਿ ਤੁਹਾਨੂੰ ਲੋਕਾਂ ਨੇ, ਤੁਸੀਂ ਲੋਕਾਂ ਨੂੰ ਲੀਡ ਕਰ ਰਹੇ ਆ, ਤੁਸੀਂ ਮੋਹਰੇ ਆ, ਤੁਸੀਂ ਦੱਸ ਰਹੇ ਆ, ਤੁਸੀਂ ਇਹ ਜੀ ਮੈਂ ਆਊਂਗਾ ਮੈਂ ਠੋਕ ਦਊਂਗਾ ਫਲਾਣੇ ਨੂੰ, ਤੂੰ ਆਪਣੀ ਇਨਵੈਸਟੀਗੇਸ਼ਨ ਖੋਲ, ਕੰਮ ਕਰ, ਬੰਦੇ ਚੱਕ ਕੇ ਅੰਦਰ ਦੇ, ਗੱਲ ਖਤਮ ਹੋ ਜਾਏ, ਰੌਲਾ ਪਾਏ ਕੀ ਬਣਨਾ। ਬਸ ਆਪਣੇ ਟਾਈਮ, ਜੇ ਤੁਹਾਡੇ ਇਨਵੈਸਟੀਗੇਸ਼ਨ ਦੇ ਵਿੱਚ ਡਿਲੇ ਹੁੰਦਾ ਆ ਤਦ ਵੀ ਤੁਹਾਡਾ ਕਸੂਰ ਆ ਕਿਉਂਕਿ ਤੁਸੀਂ ਵਧੀਆ ਕਾਨੂੰਨ ਨਹੀਂ ਬਣਾਏ। ਨਹੀਂ ਇੱਥੇ ਤਾਂ ਜਿਹੜਾ ਸਾਡਾ ਪੋਲੀਟੀਕਲ ਸਿਸਟਮ ਆ, MLA ਕੋਲ ਲੋਕੀ ਪਹੁੰਚ ਜਾਂਦੇ ਆ, ਉਹ ਅਫਸਰ ਨੂੰ ਫੋਨ ਕਰਦਾ, ਅਫਸਰ ਆਪਣੀ ਟ੍ਰਾਂਸਫਰ ਤੋਂ ਬਚਣ ਲਈ, ਸਾਰਾ ਸਿਸਟਮ ਹੀ ਇੱਥੇ ਉਲਟ ਪੁਲਟ ਆ। ਇਹ MLA ਜਿਹੜਾ ਆ ਕਿਸੇ ਆਫਿਸਰ ਨੂੰ ਜਦੋਂ ਧਮਕੀ ਦਿੰਦੇ ਆ ਜਾਂ ਮਤਲਬ ਕਿ MLA ਦੀ ਕਾਲ ਰਿਕਾਰਡ ਹੋਣੀ ਚਾਹੀਦੀ ਆ, ਮਤਲਬ ਆਟੋਮੈਟਿਕਲੀ ਵੀ ਕਿਉਂ ਹੋਇਆ ਤੇ ਕੀ ਗੱਲਬਾਤ ਹੋਈ ਆ। ਮੇਰਾ ਖਿਆਲ ਹੈ ਕਿਉਂ MLA ਫੋਨ ਕਰੇ ਆਮ ਲੋਕਾਂ ਦਾ ਜਦੋਂ ਅਫਸਰ ਨੂੰ, ਪਰ ਅਫਸਰ 'ਚ ਵੀ ਇੰਨੀ ਤਾਕਤ ਹੋਣੀ ਚਾਹੀਦੀ ਆ ਵੀ ਉਹ ਕਿਸੇ ਦੀ ਧੌਂਸ ਆਵੇ ਨਾ। ਤਨਖਾਹ ਲੈਣਾ ਪੰਜਾਬ ਵਾਲੇ ਪਤਾ ਹੀ ਹੈ, ਜਿਹੜੇ ਜਿਹੜੇ ਪੋਲੀਟੀਕਲ ਬੰਦੇ ਨੇ ਆਉਣਾ 5 ਸਾਲ ਰਹਿਣਾ ਉਦੋਂ ਬਾਅਦ ਚਲੇ ਜਾਣਾ, ਤੁਸੀਂ ਹੱਥ ਜੋੜ ਕੇ ਤੇ ਬਦਲੀਆਂ ਕਰਾ ਕੇ ਆਉਂਦੇ ਹੋ, ਉਹਦੀ ਕਿੱਥੋਂ ਹਿੰਮਤ ਹੋਏਗੀ ਉਹਨੂੰ ਜਵਾਬ? ਇਹ ਇੱਕ ਪੋਲੀਟੀਕਲ ਲਾਬੀ ਦੇ ਵਿੱਚ ਬੰਦੇ ਦੀ ਕੋਈ ਨਾ ਕੋਈ ਲਿਮਿਟ ਹੋਣੀ ਚਾਹੀਦੀ ਆ ਬਈ ਇਹ ਕਿੰਨੇ ਸਾਲ ਇਹ ਕੰਮ ਕਰ ਸਕਦਾ ਆ। ਇੱਕ ਜਵਾਨ ਹੈ ਜਿਹੜਾ ਦਿਨ ਰਾਤ ਟੁੱਟ ਕੇ ਮਰਦਾ, ਉਹਦੀ ਤਾਂ 60 ਸਾਲ ਇਹਨਾਂ ਨੇ ਉਮਰ ਵਧੀ ਹੈ, ਤੇ ਦੂਜੇ ਪਾਸੇ ਬੰਦੇ ਦੇ ਲੱਤਾਂ ਵੀ ਉਹ ਸਿਵਿਆਂ 'ਚ ਗਈਆਂ ਹੁੰਦੀਆਂ ਤਾਂ ਤਦ ਵੀ ਨਹੀਂ ਉਹ ਛੱਡ ਰਹੇ ਕੁਰਸੀ ਨੂੰ। ਵੈਸੇ 60 ਜਾਂ 65 ਸਾਲ ਤੋਂ ਬਾਅਦ ਕਿਸੇ ਪੋਲੀਟੀਕਲ ਲੀਡਰ ਨੂੰ ਅਲਾਓ ਨਹੀਂ ਕਰਨਾ ਚਾਹੀਦਾ, ਨਹੀਂ ਕਰਨਾ ਚਾਹੀਦਾ, ਐਕਟਿਵ ਪੋਲਿਟਿਕਸ ਵਿੱਚ ਐਕਟਿਵ ਰਹਿਣਾ ਚਾਹੀਦਾ, ਐਡਵਾਈਜ਼ਰੀ ਸਰਵਿਸ ਵਿੱਚ, ਤਾਂ ਕਿ ਜਿਹੜੀ ਜਨਰੇਸ਼ਨ ਆ ਇਹ ਉਹ ਯੰਗ ਜਨਰੇਸ਼ਨ ਨਵੇਂ ਤਰੀਕੇ ਨਾਲ ਅੱਗੇ ਆਵੇ, ਨਵੇਂ ਤਰੀਕੇ ਨਾਲ ਲੋਕਾਂ ਨੂੰ ਸਿਖਾਵੇ। ਇਹ ਤਾਂ ਉਹ 1947 ਵਾਲਾ ਕੰਮ ਹੀ ਚੱਲੀ ਆਉਂਦਾ, ਜੇ ਨਹਿਰੂ ਨੇ ਉਹ ਕੋਠੀ ਸਾਂਭੀ ਸੀ ਤਾਂ ਉਹੀ ਚੱਲੀ ਆਉਂਦੀ, ਉਹਦੀ ਖਾਨਦਾਨੀ ਗਾਂਹ ਤੋਂ ਗਾਂਹ ਲਈ ਆਉਂਦੀ ਆ। ਨਹੀਂ ਹੁਣ ਅਮਰੀਕਾ 'ਚ ਜਿਹੜਾ ਪ੍ਰੈਜੀਡੈਂਟ ਆਫ ਅਮਰੀਕਾ, ਮੇਰੇ 2 ਟਰਮ ਤੋਂ ਜ਼ਿਆਦਾ ਨਹੀਂ ਬਣ ਸਕਦਾ, 8 ਸਾਲ ਤੋਂ ਜ਼ਿਆਦਾ ਨਹੀਂ ਰਹਿ ਸਕਦਾ, ਮਤਲਬ ਜਿੰਨਾ ਮਰਜ਼ੀ ਕੈਪੇਬਲ ਹੋਵੇ, ਤੋਂ ਸੂਨਰ ਉਹ ਲੱਥ ਸਕਦਾ ਆ, ਪਹਿਲਾਂ ਲੱਥ ਸਕਦਾ, ਹਾਂ ਦੈਨ ਇੱਕ ਦਿਨ ਇੱਕ ਨਹੀਂ ਉੱਥੇ ਟੱਪ ਸਕਦਾ ਉਹ। ਅੱਛਾ ਅੱਛਾ, ਹਾਂ ਮਤਲਬ ਕਿ ਜੋ ਮਰਜ਼ੀ ਵਾਰ ਲਾ ਲੈ, 2 ਟਰਮ ਲੈ ਸਕਦਾ, 2 ਟਰਮਾਂ ਉਹਦੀਆਂ ਹੁੰਦੀਆਂ, 2 ਟਰਮਾਂ ਦੇ ਵਿੱਚ ਉਹਨੂੰ ਬਾਹਰ ਆਉਣਾ ਪੈਂਦਾ ਹੈ। ਜਿਹੜੇ ਥੱਲੇ ਦੇ ਕੌਂਸਲਮੈਨ ਆ ਉਹ ਜਿਹੜੇ ਆ ਉਹਨਾਂ ਦਾ ਲੰਬਾ ਸਮਾਂ ਹੈਗਾ, ਪਰ ਉਹ ਵੀ ਆਪਣੇ ਅਖਲਾਕੀ ਤੌਰ 'ਤੇ ਜਦੋਂ ਉਹਨਾਂ ਨੂੰ ਦੀਦਾ ਵੀ ਮੈਂ ਹੁਣ ਨਹੀਂ ਕੰਮ ਕਰਨ ਵਾਲਾ। ਚਲੋ ਹੁਣ ਤੁਸੀਂ ਪੰਜਾਬ ਦੇ ਪੋਲੀਟੀਸ਼ੀਅਨ ਨੂੰ ਕੋਈ ਸੁਨੇਹਾ ਦਿਓ ਵੀ ਇਮਾਨਦਾਰ ਬੰਦਿਆਂ ਨੂੰ ਅੱਗੇ ਆਉਣ ਦੇਣ, ਯੰਗ ਬਲੱਡ ਨੂੰ ਅੱਗੇ ਆਉਣ, ਜਿਹੜੇ ਪੁਰਾਣੇ ਬੁੱਢੇ ਬੰਦੇ ਉਹ ਐਕਟ ਪੋਲਿਟਿਕਸ 'ਚੋਂ ਬਾਹਰ ਨਿਕਲ ਜਾਣ, ਕੋਈ ਸਿਸਟਮ ਵਧੀਆ ਹੋ ਜਾਵੇ। ਮੈਂ ਤਾਂ ਸਾਰੇ ਪੋਲੀਟੀਸ਼ੀਅਨਾਂ ਨੂੰ ਇਹੋ ਗੱਲ ਕਹਿਣੀ ਚਾਹੁੰਦਾ ਹਾਂ ਵੀ ਅਗਰ ਤੁਸੀਂ ਬਾਹਰ ਜਾਂਦੇ ਆ ਦੇਖਦੇ ਆ ਤੇ ਆਪਣੇ ਮੁਲਕ 'ਚ ਕੋਈ ਚੰਗੀ ਚੀਜ਼ ਲੈ ਕੇ ਆਵੋ, ਤਾਂ ਕਿ ਉਹਦੇ ਨਾਲ ਲੈ ਕੇ ਉਹਦੇ ਚੰਗੀ ਚੀਜ਼ ਲੈ ਕੇ ਤਾਂ ਆਉਂਦੇ ਆ ਤੁਹਾਡੇ ਕੋਲ। ਜੇ ਕੁਛ ਚੀਜ਼ਾਂ ਤੁਸੀਂ ਉੱਥੇ ਦੇਖਦੇ ਆ, ਕੁਛ ਤੁਸੀਂ ਜਿਹੜੀਆਂ ਇਗਨੋਰ ਕਰਦੇ ਆ ਉਹ ਕਰਨ ਦੀ ਬਜਾਏ, ਦੂਜੀ ਇਹ ਗੱਲ ਵੀ ਤੁਹਾਨੂੰ ਲੋਕਾਂ ਨੇ ਕਿੰਨਾ ਪੈਸਾ ਖਰਚ ਕਰਕੇ ਅੱਗੇ ਉੱਤੇ ਬਹਾਲਿਆ ਆ ਤਾਂ ਕਿ ਤੁਸੀਂ ਚੰਗੇ ਚੰਗੇ ਕਾਨੂੰਨ ਲੈ ਕੇ ਆਵੋ, ਅਤੇ ਤੁਸੀਂ ਉਹ ਕਰਨ ਦੀ ਬਜਾਏ ਤੁਸੀਂ ਆਸ ਵਿੱਚ ਹੀ ਗੇੜਾ ਵੱਧਾ ਆ, ਲੜਨ ਡਏ ਆ, ਲੋਕਾਂ ਨੂੰ ਜਿਹੜੀ ਮੈਨੇਜਮੈਂਟ ਚਾਹੀਦੀ ਸੀ ਉਹ ਮਿਲ ਨਹੀਂ ਰਹੀ, ਹੈਂ ਸਿਸਟਮ ਜਿਹੜਾ ਅੱਗੇ ਤੁਰ ਨਹੀਂ ਰਿਹਾ, ਅਤੇ ਉਹਦੇ ਨਾਲ ਵਾਧੂ ਬੋਝ ਜਿਹੜਾ ਆ ਉਹ ਸਰਕਾਰਾਂ ਤੇ ਲੋਕਾਂ ਤੇ ਪੈ ਰਿਹਾ ਹੈ। ਇੱਕ ਸੋਲ ਸਾਹਿਬ ਹੋਰ ਗੱਲ ਦੱਸੋ, ਇਹ ਜਿੰਨੇ ਪੋਲੀਟੀਸ਼ੀਅਨ ਜਾਂਦੇ ਆ ਚਾਹੇ ਕਿਸੇ ਵੀ ਪਾਰਟੀ ਦਾ ਹੋਵੇ, ਅਮਰੀਕਾ ਕੈਨੇਡਾ, ਅਮਰੀਕਾ ਕੈਨੇਡਾ ਤੋਂ ਪਤਾ ਨਹੀਂ ਕਿੱਥੋਂ ਕਿੱਥੋਂ ਮਤਲਬ ਪੌਂਡ ਡਾਲਰ ਪਤਾ ਨਹੀਂ ਕਿੰਨੇ ਕੁ ਪੈਸੇ, ਤੁਸੀਂ ਲੋਕੀ ਪੈਸੇ ਦਿੰਦੇ ਕਿਉਂ ਪੋਲੀਟੀਸ਼ੀਅਨ ਨੂੰ? ਸਿੱਧੇ NGO ਨੂੰ ਦਿਓ, ਆਪਣੇ ਪਿੰਡਾਂ ਲਈ ਸਿੱਧੇ ਕੰਮ ਕਰ ਕਰੋ। ਮੇਰਾ ਖਿਆਲ ਆ ਜੀ, ਮੈਨੂੰ ਤਾਂ 30-32 ਸਾਲ ਹੋ ਗਏ ਗਏ ਨੂੰ ਬਾਹਰ, ਮੈਂ ਨਹੀਂ ਕਦੇ ਦਿੱਤੇ, ਬਾਕੀਆਂ ਨੂੰ ਵੀ ਤੁਹਾਡਾ ਇੰਨਾ ਸਰਕਾਰ ਨਾ ਮੈਨੂੰ ਆਉਂਦਾ ਹੀ ਆ, ਉਹਨਾਂ ਕੋ ਪੋਲੀਟੀਸ਼ੀਅਨ ਨੂੰ ਨਹੀਂ ਕਿਸੇ ਨੂੰ ਪੈਸਾ ਦੇਣਾ। ਹਾਂਜੀ, ਤੇ ਪੋਲੀਟੀਸ਼ੀਅਨ ਜਿਹੜੇ ਆ ਇਹੋ ਇਹ ਕਿਉਂਕਿ ਇੱਥੇ ਜ਼ਿਆਦਾਤਰ ਉਹਨਾਂ ਬੰਦਿਆਂ ਤੋਂ ਲੈ ਕੇ ਆਉਂਦੇ ਆ ਜਿਹੜੇ ਬੰਦੇ ਜ਼ਿਆਦਾ ਗਨਮੈਨ ਮੰਗਦੇ ਆ,
ਅੱਛਾ ਜਿਨ੍ਹਾਂ ਨੇ ਹਾਂ ਫੂੰ ਫਾਂ ਦੀ ਸ਼ੋਅ ਕਰਨੀ ਹੁੰਦੀ ਹੈ, 5-10 ਦਿਨ ਲਈ ਆਉਣਾ, ਮਾਰ ਗੇੜੇ ਤੇ ਗੇੜਾ ਵੱਧਾ ਹੋਣਾ ਆ। ਅੱਛਾ ਤੇ ਵੀ ਤੁਸੀਂ ਆਉਨੇ ਆ, ਤੁਸੀਂ ਆਪਣੀ ਜਿਹੜੀ ਐਜੂਕੇਸ਼ਨ ਆ ਮਾੜਾ ਮੋਟਾ ਆਪਣੇ ਪਿੰਡ ਦੇ ਲੋਕਾਂ ਨੂੰ ਸਿਖਾਓ, ਉਹਨਾਂ ਨੂੰ ਦੱਸੋ। ਬਹੁਤ ਸਾਰੀ ਜਿਹੜੀ ਆਪਣੀ ਗੌਰਮੈਂਟ ਕਹਿਣ ਨੂੰ ਤਾਂ ਭਾਵੇਂ ਜਿਹੜੀ ਮਰਜ਼ੀ ਕਹੀ ਜਾਵੇ, ਮੇਰੇ ਹਿਸਾਬ ਦੇ ਨਾਲ ਪਿੰਡਾਂ ਦੇ ਜਿਹੜੇ ਲੋਕ ਆ ਉਹ 70% ਦੇ ਉੱਤੇ ਜਿਨ੍ਹਾਂ ਨੂੰ ਅਜੇ ਪਤਾ ਹੀ ਨਹੀਂ ਬਾਹਰਲਾ ਵੀ ਬਾਹਰ ਕੀ ਹੋ ਰਿਹਾ, ਸਮਝੇ ਨਾ। ਉਹ ਉਹਨਾਂ ਨੂੰ ਦੱਸਣ ਲਈ ਸਾਡੇ ਵਰਗੇ ਬੰਦਿਆਂ ਨੂੰ ਆਉਣਾ ਚਾਹੀਦਾ ਆ, ਦੱਸੋ ਉਹਨਾਂ ਨੂੰ ਤੁਹਾਡੇ ਤੁਹਾਨੂੰ ਅਸਲੀ ਫਰੀਡਮ ਅਜੇ ਹੈ ਨਹੀਂ ਗੀ ਜਿੱਦਾਂ ਤੁਸੀਂ ਚਾਹੁੰਦੇ ਆ। ਅਤੇ ਇਸ ਕਰਕੇ ਮਤਲਬ ਕਿ ਤੁਹਾਨੂੰ ਪਹਿਲਾਂ ਤਾਂ ਤੁਹਾਨੂੰ ਆਪਣੀ ਫਰੀਡਮ ਲੈਣੀ ਪੈਣੀ ਹੈ। ਪਰ ਇਹ ਆ ਵੀ ਲੋਕ ਵੀ ਇੰਨੇ ਇਹਨਾਂ ਨੇ ਅਨਪੜ੍ਹ ਕਰ ਦਿੱਤੇ ਆ ਵੀ ਉਹਨਾਂ ਨੂੰ ਦਾਰੂ ਦੀਆਂ ਬੋਤਲਾਂ ਦੇ ਕੇ ਵੋਟਾਂ ਲੈ ਲੈਣੀਆਂ, ਉਦੋਂ ਬਾਅਦ 5 ਸਾਲ ਉਹਨਾਂ ਨੂੰ ਕੁੱਟਣਾ ਆ, ਉਹ ਤੋਂ ਬਾਅਦ ਫਿਰ ਦਾਰੂ ਦੀ ਬੋਤਲ ਦੇਣੀ, ਬੜੇ ਖੁਸ਼ ਹੋ ਜਾਂਦੇ ਆ ਵੀ ਆਹ ਫਲਾਨਾ ਮੈਨੂੰ ਆ ਗਿਆ, ਮਿਲ ਗਿਆ ਅਤੇ ਮੇਰਾ ਸਿਸਟਮ ਜਿਹੜਾ ਵਧੀਆ ਚੱਲਣ ਲੱਗ ਪਿਆ। ਪਰ ਉਹ ਚੱਲਿਆ ਨਹੀਂ ਗਾ, ਉਹ ਤੁਹਾਨੂੰ ਡੇ ਬਾਏ ਡੇ ਤੁਹਾਡੇ ਭਰਾਵਾਂ ਦੇ ਵਿੱਚ ਫਾਟਕ ਪਾ ਕੇ ਆਪਸ ਵਿੱਚ। ਮੈਂ ਤੁਹਾਨੂੰ ਛੋਟੀ ਜਿਹੀ ਇਗਜ਼ਾਮਪਲ ਦਿੰਦਾ, ਸਾਡੇ ਘਰ ਦੇ ਵਿੱਚ ਸਾਡੇ ਪਿੰਡ ਦੇ ਬੰਦੇ, ਹਾਲਾਂਕਿ ਮੇਰਾ ਖਿਆਲ ਨਹੀਂ ਮੇਰੇ ਭਰਾ ਜਿਹੜੇ ਆ ਉਹ ਦੂਜੇ ਪਾਰਟੀ 'ਚ ਕਿਸੇ 'ਚ ਹਿੱਸਾ ਲੈਂਦੇ, ਪਰ ਪਿੰਡ ਦੀਆਂ 2 ਪਾਰਟੀਆਂ ਨੇ ਸਾਨੂੰ ਟੱਬਰ ਨੂੰ ਦੋ ਪਾਸੇ ਜ਼ਰੂਰ ਰੱਖਿਆ ਆ। ਅੱਛਾ, ਇੱਕ ਇੱਕ ਵਾਰੀ ਦੀ ਪਿਕਚਰ ਲਾ ਦਿੰਦਾ, ਦੂਜੇ ਵਾਰੀ ਦੀ ਪਿਕਚਰ ਲਾ, ਹਾਲਾਂਕਿ ਦੋਨੇ ਇਨਵੋਲਵ ਨਹੀਂ। ਅੱਛਾ, ਸਮਝਦੇ ਨਾ। ਇਸ ਕਰਕੇ ਮਤਲਬ ਕਿ ਵੀ ਸਿਸਟਮ ਜਿਹੜਾ ਇੰਨਾ ਗੰਦਲਾ ਹੋ ਚੁੱਕਾ ਆ, ਇਹਨੂੰ ਸਾਫ਼ ਕਰਦੇ ਨੇ। ਜਿਹੜੇ ਲੋਕਲ MLA ਜਿਹੜੇ ਇਲੈਕਸ਼ਨ ਹੁੰਦੀਆਂ, ਉਦੋਂ ਤੁਹਾਡੇ ਕੋਲ MLA ਕੋਈ ਜਿਹੜਾ ਕੈਂਡੀਡੇਟ ਹੁੰਦੇ ਪੈਸਾ ਮੰਗਣ ਆਉਂਦੇ ਤੁਹਾਡੇ ਕੋਲ? ਨਹੀਂ, ਮੇਰੇ ਕੋਲ ਨਹੀਂ ਕਦੇ ਆਏ, ਡਰਦੇ ਮਾਰੇ ਆ ਸ਼ਾਇਦ। ਨਹੀਂ, ਡਰਦੇ ਨਹੀਂ, ਮਤਲਬ ਇਹ ਆ ਵੀ ਉਹਨਾਂ ਨੂੰ ਦੇਸੀ ਪੈਂਦਾ ਵੀ ਦੇਣਾ ਨਹੀਂ ਕਦੇ। ਚਲੋ, ਬਹੁਤ ਅੱਛੀ ਗੱਲ ਹੈ ਸੋਲ ਸਾਹਿਬ, ਤੁਸੀਂ ਬਹੁਤ ਵਧੀਆ ਕੀਤੀ ਹੈਗੀ। ਜੇ ਸਾਰੇ NRI ਸੋਲ ਸਾਹਿਬ ਵਾਂਗੂ ਬੋਲਡ ਹੋਣ, ਇਹ ਮੈਂ ਇੱਕ ਜਾਂਦੇ ਜਾਂਦੇ ਇਹ ਵੀ ਦੱਸ ਰਿਹਾ, ਇਹ ਆਪਣੇ ਲੈਵਲ 'ਤੇ ਸੋਸ਼ਲ ਕੰਮ ਕਰਦੇ ਆ। ਇਹਦੇ ਬਿਲਕੁਲ ਜਿੱਥੇ ਅਸੀਂ ਬੈਠੇ ਹਾਂ, ਇਹਦੇ ਸਾਹਮਣੇ ਇਹਨਾਂ ਨੇ ਇੱਕ ਡਿਸਪੈਂਸਰੀ ਬਣਾ ਰਹੀ ਹੈਗੀ। ਹੁਣ ਬਿਲਡਿੰਗ ਦਾ ਮੈਨੂੰ ਨਕਸ਼ਾ ਦਿਖਾਇਆ ਹੈਗਾ, ਔਰ ਜਿੰਨੀ ਕੁ ਮੇਰੀ ਨੌਲੇਜ ਇਹ 50,000 ਰੁਪਈਆ ਆਪਣੀ ਪੋਕਿਟ ਵਿੱਚੋਂ ਡਾਕਟਰਾਂ ਨੂੰ ਹੋਰ ਉੱਥੇ ਜਿੰਨੇ ਟੈਸਟ ਵੈਸਟ ਕਰਾਉਣੇ ਲਈ ਦਿੰਦੇ ਹੈਗੇ, ਜਿਹੜੇ ਪੈਸਾ ਖਰਚਣਾ ਹੈਗਾ ਅਤੇ ਇੱਦਾਂ ਦੇ ਸੋਸ਼ਲ ਕੰਮਾਂ ਲਈ ਖਰਚੋ, ਆਪ ਖਰਚੋ ਤਾਂ ਕਿ ਤੁਹਾਡਾ ਪੈਸਾ ਸਹੀ ਕੌਜ਼ ਲਈ ਲੱਗ ਜਾਵੇ। ਬਈ ਉਹ ਕੰਮ ਕਰੋ ਜਿਹਦੇ ਨਾਲ ਆਮ ਪਬਲਿਕ ਨੂੰ ਕੋਈ ਸਹੂਲਤ ਮਿਲੇ। ਬਹੁਤ ਅੱਛੀ ਗੱਲ। ਤੁਹਾਨੂੰ ਪਿਛਲੇ 70 ਸਾਲ ਦੇ ਵਿੱਚ ਪਿੰਡਾਂ ਦੀਆਂ ਨਾਲੀਆਂ, ਪਿੰਡਾਂ ਦੀਆਂ ਗਲੀਆਂ, ਪਿੰਡਾਂ ਦਾ ਇਹ ਛੱਪੜ, ਪਿੰਡਾਂ ਦੇ ਉਹਨਾਂ 'ਚੋਂ ਨਹੀਂ ਨਿਕਲਦੇ ਰਹੇ, ਉਹ ਤਾਂ ਬਹੁਤ ਹੀ ਬੇਸਿਕ ਚੀਜ਼ਾਂ ਆ। ਜਿੰਨਾ ਪੈਸਾ ਤੁਹਾਡੇ ਵਿੱਚ ਖਰਾਬ ਹੋ ਚੁੱਕਾ ਆ ਜਾਂ ਤੁਸੀਂ ਵੇਸਟ ਕਰ ਚੁੱਕੇ ਆ, ਅਤੇ ਤੁਹਾਨੂੰ ਮਤਲਬ ਕਿ ਹੁਣ ਉੱਠਣਾ ਪੈਣਾ ਆ, ਉਹ ਗਲੀਆਂ ਨਾਲੀਆਂ ਦੇ ਵਿੱਚੋਂ ਨਿਕਲ ਕੇ, ਛੱਪੜਾਂ 'ਚੋਂ ਨਿਕਲ ਕੇ ਚੰਗੇ ਸਿਸਟਮ ਨੂੰ ਬਣਾਉਣ ਦੀ ਲੋੜ ਆ। ਤੁਸੀਂ ਆਪਣੇ ਪਿੰਡ ਤੋਂ ਸ਼ੁਰੂ ਕਰੋ ਅਤੇ ਆਪਣੇ ਸ਼ਹਿਰ ਤੱਕ ਲੈ ਕੇ ਜਾਓ, ਆਪਣੇ ਸ਼ਹਿਰ ਤਾਂ ਹੀ ਲੈ ਕੇ ਗਏ ਤਾਂ ਆਪਣੇ ਸਟੇਟ ਤੱਕ ਲੈ ਕੇ ਜਾਓ, ਸਟੇਟ ਤਾਂ ਹੀ ਲੈ ਗਏ ਤਾਂ ਆਪਣੇ ਮੁਲਕ ਤਾਂ ਹੀ ਲੈ ਕੇ ਜਾਓ, ਪਰ ਕਰੋ ਥੱਲਿਓਂ ਸਟਾਰਟ, ਮੋਦੀ ਦੇ ਆਫਿਸ ਤੋਂ ਨਾ ਕਰੋ। ਕਿਉਂਕਿ ਉਹ ਜਿੱਦਣ ਉਹਨਾਂ ਨੇ ਆਉਣਾ ਆ, ਅੱਧਿਓਂ ਜ਼ਿਆਦਾ ਸਫਾਈ ਪਹਿਲਾਂ ਹੀ ਹੋਈ ਹੁੰਦੀ ਆ, ਅਤੇ ਜਿੱਦਣ ਉਹਨਾਂ ਨੇ ਚਲੇ ਜਾਣਾ 5 ਦਿਨਾਂ ਬਾਅਦ ਸਫਾਈ, ਉਹ ਗੰਦ ਫਿਰ ਉੱਤੇ ਆਉਣਾ, ਗੰਦ ਪੈ ਜਾਣਾ। ਇਸ ਕਰਕੇ ਉਹ ਚੀਜ਼ ਨਾ ਕਰੋ, ਉਹ ਕਰੋ ਜਿਹੜੀ ਭਾਵੇਂ ਇਹ ਆਪਣਾ ਘਰ ਹੀ ਆ, ਤੁਸੀਂ ਆਪਣਾ ਘਰ ਹੀ ਸੰਭਾਲ ਲਓ, ਉਹਨੂੰ ਹੀ ਸਾਫ਼ ਸੁਥਰਾ ਰੱਖੋ, ਉਹਦੇ ਵਿੱਚ ਹੀ ਤੁਹਾਡੀ ਭਲਾਈ ਆ। ਜੇ ਤੁਹਾਡਾ ਘਰ ਸੰਵਰਿਆ ਹੋਊਗਾ, ਤੁਹਾਡਾ ਨੇਬਰਹੁੱਡ ਵੀ ਸੰਵਰਿਆ ਹੋਣਾ ਹੈ, ਜੇ ਨੇਬਰਹੁੱਡ ਸੰਵਰਿਆ ਹੋਇਆ ਤਾਂ ਤੁਹਾਡੇ ਆਲੇ ਦੁਆਲਾ ਪਿੰਡ ਸਾਰੇ ਸੰਵਰੇ ਹੋਣੇ ਆ, ਜੇ ਉਹ ਸੰਵਰੇ ਆ ਗਏ ਤਾਂ ਤੁਹਾਡਾ ਜ਼ਿਲ੍ਹਾ ਜਿਹੜਾ ਉਹ ਸੰਵਰਿਆ ਹੋਣਾ ਹੈ। ਇੱਕ ਸੋਲ ਸਾਹਿਬ ਜਾਂਦੇ ਜਾਂਦੇ ਸਿਰਫ 30 ਸੈਕਿੰਡ ਲਈ, ਲੋਕੀ ਤਾਂ ਅਮੈਰੀਕਾ ਕਨੇਡਾ ਚਲ ਜਾਂਦੇ, ਮੁੜ ਕੇ 20-20 ਸਾਲ ਨਹੀਂ ਆਉਂਦੇ, ਤੁਸੀਂ ਸਾਲ 'ਚ 3-4 ਚੱਕਰ ਲਾਉਂਦੇ, ਤੁਹਾਡਾ ਦਿਮਾਗ ਸਹੀ ਆ। ਮੇਰਾ ਇੱਦਾਂ ਆ ਜੀ, ਮੇਰੀ ਗੱਲ, ਮੈਂ ਜੰਮਪਲ ਇੱਥੇ ਦਾ ਆ, ਮੇਰਾ ਮੋਹ ਜਿਹੜਾ ਇੱਥੇ ਆ। ਆਪਣੇ ਪਿੰਡ ਨਾਲ ਪਿਆਰ ਆ, ਪੰਜਾਬ ਨਾਲ ਪਿਆਰ ਆ। ਮੇਰਾ ਜਿੰਨਾ ਜ਼ੋਰ ਇੱਥੋਂ ਉੱਥੇ ਜਾਣ ਨੂੰ ਲੱਗਾ ਸੀ, ਉਦੋਂ ਜ਼ਿਆਦਾ ਜ਼ੋਰ ਮੇਰਾ ਇਹ ਲੱਗ ਰਿਹਾ ਵੀ ਮੇਰੀ ਲਾਦ ਇੱਥੇ ਆ ਜਾਵੇ। ਹਾਂ, ਬਹੁਤ ਅੱਛੀ ਗੱਲ। ਤੇ ਜੇ ਦਰਸ਼ਕੋ ਮੇਰੇ ਨਾਲ ਸ਼ੇਅਰ ਕੀਤਾ, ਇਹ ਚਾਹੁੰਦੇ ਆ ਵੀ ਮੇਰੇ ਇਲਾਦ, ਇਹਨਾਂ ਦੇ ਬੱਚੇ ਬਹੁਤ ਵੈਲ ਸੈਟਲਡ ਆ, ਇਹਨਾਂ ਦਾ ਬਹੁਤ ਅੱਛਾ ਕਾਰੋਬਾਰ ਹੈਗਾ, ਕਦੇ ਅਗਲੀ ਵਾਰੀ ਤੁਹਾਨੂੰ ਦੱਸਾਂਗੇ ਡਿਟੇਲ ਵਿੱਚ। ਇਹ ਚਾਹੁੰਦੇ ਇਹਨਾਂ ਦੇ ਬੱਚੇ ਗ੍ਰਾਸ ਰੂਟ ਲੈਵਲ ਮਤਲਬ ਇੱਥੇ ਆਪਣੇ ਪੰਜਾਬ ਨਾਲ ਜਾਂ ਆਪਣੇ ਇਸ ਪਿੰਡ ਨਾਲ ਜੁੜੇ ਰਹਿਣ। ਹਾਂਜੀ ਹਾਂਜੀ। ਅਤੇ ਉਹ ਜੇ ਉਹ ਆ ਜਾਣਗੇ ਤਾਂ ਇੱਕ ਕਿਸਮ ਦੀ ਮੈਂ ਆਪਣੀ ਲਾਈਫ ਜਿਹੜੀ ਅਕੰਪਲਿਸ਼ ਕਰ ਲਈ ਆ, ਵੀ ਮੈਂ ਅਗਲੀਆਂ 2-3 ਪੀੜ੍ਹੀਆਂ ਜਿਹੜੀਆਂ ਉਹ ਕਿਤੇ ਨਹੀਂ ਜਾਣ ਦਿੰਦਾ। ਬਹੁਤ ਅੱਛੀ ਗੱਲ, ਸਮਝਣ। ਅਤੇ ਉਹਦੇ ਨਾਲ 10 ਬੰਦੇ ਹੋਰ ਜੁੜਦੇ ਆ, ਵਧੀਆ ਲੱਗਦਾ, ਸੋਹਣਾ ਆ ਮਤਲਬ। ਚਲੋ ਸੋਲ ਸਾਹਿਬ, ਬਹੁਤ ਅੱਛੀ ਤੁਸੀਂ ਜਾਣਕਾਰੀ ਦਿੱਤੀ, ਅਗਾਂਹ ਵੀ ਅਸੀਂ ਤੁਹਾਨੂੰ ਹੋਰ ਪ੍ਰੋਗਰਾਮਾਂ 'ਚ ਪ੍ਰਜੈਂਟ ਕਰਾਂਗੇ। ਬਹੁਤ ਬਹੁਤ ਮਿਹਰਬਾਨੀ ਦਰਸ਼ਕੋ, ਥੈਂਕ ਯੂ ਵੈਰੀ ਮਚ, ਥੈਂਕ ਯੂ।